ਅਸੀਂ ਇਸ ਸਮੇਂ ਇਸ ਸਕੂਲ ਦੇ ਵਿੱਚ ਕੁੱਲ 26 ਬੱਚੇ ਪੜ੍ਹ ਰਹੇ ਨੇ ਜੀ ਔਰ ਅਸੀਂ ਇਹ 26 ਬੱਚਿਆਂ ਦੇ ਉੱਪਰ ਤਿੰਨ ਅਧਿਆਪਕ ਮੌਜੂਦਾ ਪੜ੍ਹਾ ਰਹੇ ਹਾਂ ਜੀ ਟੀਚਰ ਦੀ ਪੋਸਟਿੰਗ ਹੈ ਜਿਹੜੀ ਸਰਕਾਰ ਦੀਆਂ ਹਦਾਇਤਾਂ ਤੇ ਨਿਯਮਾਂ ਦੇ ਅਨੁਸਾਰ 31 ਸਟੂਡੈਂਟ ਦੇ ਉੱਪਰ ਇੱਕ ਹੈੱਡ ਟੀਚਰ ਕੰਮ ਕਰ ਸਕਦਾ ਹੈ ਬਿਲਕੁਲ ਕਿਉਂਕਿ ਜੀ ਨਾ ਤਾਂ ਇਹਨਾਂ ਨੇ ਮੈਨੂੰ ਹੁਣ ਤੱਕ ਆਪਣੀ ਹਾਜ਼ਰੀ ਰਿਪੋਰਟ ਪੇਸ਼ ਕੀਤੀ ਹੈ ਬਾਰ-ਬਾਰ ਜਦੋਂ ਇਹ 19 ਤਰੀਕ ਨੂੰ ਮੇਰੇ ਕੋਲੇ ਆਏ ਸਨ 19 ਤਰੀਕ ਨੂੰ ਆਏ ਤੇ ਇਹ ਮੈਨੂੰ ਕਹਿਣ ਲੱਗੇ ਮੇਰੀ ਹਾਜ਼ਰੀ ਪਵਾਓ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਇਹਨਾਂ ਨੂੰ ਮੰਗੀ ਵੀ ਆਪਣੀ ਹਾਜ਼ਰੀ ਰਿਪੋਰਟ ਦਿਓ ਮੈਨੂੰ ਜੋ ਤੁਹਾਡੇ ਕੋਲ ਕਾਗਜ਼ਾਤ ਨੇ ਮੈਨੂੰ ਦਿਓ ਉਹ ਕਹਿੰਦੇ ਜੀ ਅਸੀਂ ਉਦੋਂ ਦੇਵਾਂਗੇ ਜਦੋਂ ਤੁਸੀਂ ਸਾਡੀ ਹਾਜ਼ਰੀ ਪਵਾਓਗੇ ਲੈਂਦਾ ਜੀ ਡੀਓ ਸਾਹਿਬ ਡਿਪਟੀ ਡੀਓ ਨੇ ਮਧੂ ਮਧੂ ਬਰੂਆ ਮੈਡਮ ਉਹਨਾਂ ਨੂੰ ਵੀ ਮਾਮਲੇ ਬਾਰੇ ਪੂਰੀ ਜਾਣਕਾਰੀ ਹੈ ਔਰ ਸਾਡੇ ਬੀਪੀਓ ਆਫਿਸ ਦੇ ਵਿੱਚ ਬੀਪੀਓ ਸਾਹਿਬ ਨੇ ਹੰਸਰਾਜ ਜੀ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਹੈ ਕਿ ਮੇਰੇ ਮੇਰੇ ਉੱਪਰ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਇਹਨਾਂ ਨੂੰ 26 ਵਿਦਿਆਰਥੀਆਂ ਦੇ ਉੱਪਰ ਹਾਜ਼ਰ ਕਰ ਵੀ ਮੈਨੂੰ ਲਿਖ ਕੇ ਦਿੱਤਾ ਜਾਵੇ ਵੀ 26 ਵਿਦਿਆਰਥੀਆਂ ਦੇ ਉੱਪਰ ਹਾਜ਼ਰ ਕਰਵਾ ਲਿਆ ਜਾਵੇ ਤਾਂ ਉਹ ਇਸ ਗੱਲ ਤੋਂ ਇਨਕਾਰ ਹੀ ਕਰ ਗਏ ਮੇਰੀ ਪੋਸਟਿੰਗ ਜੀ ਹੈ ਟੀਚਰ ਸਰਕਾਰ ਦੇ ਆਰਡਰ ਦੇ ਅਧਾਰ ਤੇ ਮੇਰੇ ਜੋਇਨ ਕਰਨਾ ਹੈ ਜੀ ਮੈਨੂੰ ਰੋ ਜੋਇਨ ਕਰਨ ਤੋਂ ਰੁਕਿਆ ਗਿਆ ਜੀ ਟ੍ਰੇਨਿੰਗ ਆਲਰੇਡੀ ਹੋ ਚੁੱਕੀ ਹੈ ਹਾਂ ਜੀ ਹਾਂ ਹੋ ਚੁੱਕੀ ਹੈ ਜੀ ਇਹ ਹਾਜ਼ਰੀ ਲੱਗ ਰਹੀ ਹੈ ਬਿਲਕੁਲ ਹਾਂ ਜੀ ਅੱਪ ਦੇ ਰਜਿਸਟਰ ਤੇ ਹਾਜ਼ਰੀ ਲਾ ਰਹੇ ਜੀ ਮੈਂ ਔਲਰੇਡੀ ਜੀ ਟੀਚਰ ਚੱਲਦੇ ਰਹੇ ਨੇ ਜੀ ਪਹਿਲਾਂ ਜੋਇਨ 31 22 ਤੇ ਵੀ ਕਰਿਆ ਜੀ 26 ਤੇ ਵੀ ਕਰਿਆ ਹੁਣ ਵੀ ਆਲਰੇਡੀ ਜਿਹੜੇ ਹੁਣ ਹੋਏ ਨੇ ਆਪਣੀ ਹੁਣ ਬਦਲੀਆਂ ਹੋਈਆਂ ਨੇ ਉਹਦੇ ਚ ਪਹਿਲੇ ਨਾਮ ਆ ਜੀ ਪਹਿਲੇ ਉਹ ਵੀ 28 ਟੀਚਰਾਂ ਦੀ ਜੁਆਇਨ ਕਰਿਆ ਨਹੀਂ ਹਾਈ ਡਿਪਟੀ ਟੀਚਰ 28 ਟੀਚਰ ਲੱਗ ਸਕਦਾ ਬੱਚਾ ਹਾਂਜੀ ਹਾਂ ਲੱਗੇ ਹੋਏ ਨੇ ਆਲਰੇਡੀ ਚੱਲਦੇ ਰਹੇ ਨੇ ਧਿਆਨ ਚ ਪਹਿਲਾਂ ਗੱਲ ਆਈ ਸੀ ਮੈਂ ਬੀਓ ਨੂੰ ਵੀ ਕਿਹਾ ਔਰ ਡਿਪਟੀ ਡੀਓ ਨੂੰ ਵੀ ਕਿਹਾ ਇਹ ਗਲਤ ਹੋਇਆ ਜਦੋਂ ਕਿ ਪਿੰਡ ਕਣੀਵਾਲ ਚ ਬੰਦਾ ਲੱਗਿਆ ਹੋਇਆ ਸੀ ਉਥੋਂ ਖਾਲੀ ਕਰਕੇ ਆ ਕੇ ਇੱਥੇ ਸ਼ਹਿਰ ਚ 16 ਬੱਚੇ ਨੇ ਸਾਰੇ 17 ਤਿੰਨੇ ਟੀਚਰ ਪਹਿਲਾਂ ਨੇ ਇੱਥੇ ਹੈਡ ਟੀਚਰ ਦੀ ਜ਼ਰੂਰਤ ਨਹੀਂ ਹੈ ਮੈਂ ਬੇਨਤੀ ਕਰਦਾ ਮੰਤਰੀ ਜੀ ਨੂੰ ਵੀ ਬੇਨਤੀ ਕਰਦਾ ਡੀਓ ਨੂੰ ਵੀ ਬੇਨਤੀ ਕਰਦਾ ਜਿੱਥੇ ਪਹਿਲਾਂ ਇੱਥੇ ਖਾਲੀ ਛੱਡ ਕੇ ਆਇਆ ਬੰਦਾ ਪਿੰਡ ਚ ਪਿੰਡ ਦੇ ਬੱਚਿਆਂ ਨੂੰ ਕੌਣ ਪੜ੍ਹਾਏਗਾ ਉੱਥੇ ਜਾ ਕੇ ਜੁਆਇਨ ਕਰਨਾ ਚਾਹੀਦਾ ਨਾ ਕਿ ਇੱਥੇ ਤਿੰਨ ਤਿੰਨ ਬੱਚਿਆਂ ਤੇ ਇੱਕ ਹੈਡ ਟੀਚਰ ਲੱਗੇ